ਸਤਿ ਸ੍ਰੀ ਅਕਾਲ ਦੋਸਤੋ, ਚੌਹਾਨ ਇੰਟਰਟੇਨਮੈਂਟ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜੀਤ ਹਰਜੀਤ। ਦੋਸਤੋ, ਗੱਲਬਾਤ ਦਾ ਵਿਸ਼ਾ ਜਸਵੀਰ ਭੁੱਲਰ ਦਾ ਨਾਵਲ ਖਿੱਦੋ ਬਣ ਰਿਹਾ ਅੱਜ। ਕਾਰਨ ਇਹ ਹੈ ਕਿ ਇਹ ਨਾਵਲ ਬੜਾ ਚਰਚਿਤ ਹੋ ਰਿਹਾ ਸੋਸ਼ਲ ਮੀਡੀਆ ਦੇ ਉੱਪਰ। ਇਸ ਬਾਬਤ ਜਿਹੜੇ ਵੀ ਸੱਜਣਾਂ ਨੇ ਪੜਿਆ ਉਹ ਪੋਸਟਾਂ ਪਾ ਕੇ ਹੋਰਾਂ ਨੂੰ ਪੜ੍ਹਨ ਲਈ ਅਪੀਲ ਕਰ ਰਹੇ ਨੇ। ਤੇ ਮੋਟੇ ਤੌਰ ਤੇ ਜਾਂ ਸਾਂਝੇ ਤੌਰ ਤੇ ਆਪਾਂ ਕਹੀਏ, ਜਿਹੜੀ ਗੱਲ ਨਿਕਲ ਕੇ ਆ ਰਹੀ ਹੈ ਇਸ ਨਾਵਲ ਵਿੱਚ, ਉਸ ਵਿਸ਼ੇ ਨੂੰ ਖੋਲਿਆ ਗਿਆ ਜਿਹੜਾ ਹਮੇਸ਼ਾ ਹੀ ਵਿਵਾਦਾਂ ਦੇ ਘੇਰੇ ਵਿੱਚ ਰਿਹਾ। ਤੇ ਉਹ ਵਿਸ਼ਾ ਆਪਾਂ ਸਾਰੇ ਜਾਣਦੇ ਹਾਂ ਕਿ ਸਾਹਿਤਕ ਅਵਾਰਡ ਜਿਹੜੇ ਨੇ ਉਹ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਤੇ ਵਿਵਾਦਾਂ ਦਾ ਘਰ ਬਣਦੇ ਆਏ ਨੇ। ਇਸ ਨਾਵਲ ਦੇ ਬਾਬਤ ਆਪਾਂ ਬੂਟਾ ਸਿੰਘ ਚੌਹਾਨ ਹੋਰਾਂ ਨਾਲ ਗੱਲਬਾਤ ਕਰਾਂਗੇ। ਉਹਨਾਂ ਨੇ ਇਸ ਨਾਵਲ ਨੂੰ ਪੜ੍ਹਿਆ, ਉਹਨਾਂ ਦਾ ਕੀ ਨਜ਼ਰੀਆ? ਚੌਹਾਨ ਸਾਹਿਬ, ਤੁਹਾਡਾ ਚੈਨਲ ਤੇ ਸਵਾਗਤ ਹੈ ਜੀ। ਸ਼ੁਕਰੀਆ ਜੀ ਤੁਹਾਡਾ। ਚੌਹਾਨ ਸਾਹਿਬ, ਜਸਵੀਰ ਸਿੰਘ ਭੁੱਲਰ ਤੇ ਖਿੱਦੋ ਆਪਸ ਵੀ ਸੰਬੰਧ, ਤੇ ਇਹ ਜਿਹੜਾ ਇਹਨਾਂ ਨੇ ਗੱਲਬਾਤ ਕਹਿਣ ਦੀ ਕੋਸ਼ਿਸ਼ ਕੀਤੀ ਹੈ, ਉਹਦਾ ਚਰਚਿਤ ਹੋਣ ਦਾ, ਇਸ ਨਾਵਲ ਦਾ ਕੀ ਕਾਰਨ? ਚਰਚਿਤ ਹੋਣ ਦਾ ਇਹਦਾ ਕਾਰਨ ਇਹ ਹੈ ਕਿ ਇਨਾਮ ਜਿਹੜੇ ਸਰਕਾਰੀ ਮਿਲਦੇ ਨੇ, ਹਾਂਜੀ, ਭਾਵੇਂ ਉਹ ਕੇਂਦਰ ਦੇ ਹੋਣ ਭਾਵੇਂ ਭਾਸ਼ਾ ਭਾਗ ਦੇ ਹੋਣ, ਹਾਂਜੀ, ਉਹਨਾਂ ਪ੍ਰਤੀ ਜੋ ਕੁਛ ਅੰਦਰਗਤੀ ਹੁੰਦਾ ਸੀ ਜਾਂ ਜਿਸ ਤਰ੍ਹਾਂ ਦੀਆਂ ਗੋਂਦਾਂ ਗੋਂਦੀਆਂ ਜਾਂਦੀਆਂ ਸੀ, ਆਪਸੀ ਧੜੇਬੰਦੀ ਬਣਾ ਕੇ ਇਨਾਮ ਆਪਦੇ ਬੰਦਿਆਂ ਨੂੰ ਦਿਵਾਏ ਜਾਂਦੇ ਸੀ, ਠੀਕ ਹੈ ਜੀ, ਉਹਦਾ ਜਿਹੜਾ ਸਾਰਾ ਕੁਛ ਅੰਦਰੂਨੀ ਸੱਚ ਸੀ ਉਹ ਇਸ ਨਾਵਲ ਰਾਹੀਂ ਬਾਹਰ ਆਇਆ, ਠੀਕ ਹੈ ਜੀ। ਉਹ ਬਾਹਰ ਆਉਣ ਦੇ ਨਾਲ ਜਿਹੜੇ ਇਹਦੇ ਵਿੱਚ ਇੱਕ ਤਰ੍ਹਾਂ ਦੇ ਅਸਪਸ਼ਟ ਨਾਮ ਲਿਖੇ ਹੋਏ ਸੀ ਉਹ ਸਾਹਿਤਕ ਹਲਕਿਆਂ ਨੇ ਪਛਾਣ ਲਏ, ਉਹ ਠੀਕ ਹੈ, ਪਛਾਣੇ ਜਾਣ ਕਾਰਨ ਉਹ ਐਸੀ ਹਲਚਲ ਹੋਈ ਹੈ ਕਿ ਇਸ ਨਾਵਲ ਜਿਹੜੀ ਵਿਕਰੀ ਹੈ ਉਹ ਧੜਾਧੜ ਹੋ ਰਹੀ ਹੈ। ਇਹਨੂੰ ਲੋਕ ਗੀਤ ਚੰਡੀਗੜ੍ਹ ਨੇ ਛਾਪਿਆ, ਉਹ ਛਾਪਣ ਕਰਕੇ ਮਤਲਬ ਜਿਉਂ ਜਿਉਂ ਸਮਾਂ ਲੰਘ ਰਿਹਾ ਹੈ ਇਸ ਨਾਵਲ ਬਾਰੇ ਜਿਹੜੀ ਚਰਚਾ ਉਹ ਤੇਜ਼ ਹੁੰਦੀ ਜਾ ਰਹੀ ਹੈ। ਠੀਕ ਹੈ ਚੌਹਾਨ ਸਾਹਿਬ, ਇਸ ਨਾਵਲ ਦੇ ਬਾਬਤ ਆਪਾਂ ਅੱਗੇ ਗੱਲ ਕਰੀਏ। ਪਹਿਲਾਂ ਤਾਂ ਮੈਂ ਤੁਹਾਡੇ ਤੋਂ, ਕਿਉਂਕਿ ਤੁਹਾਡਾ ਵੀ ਲੰਮਾ ਤਜਰਬਾ ਸਾਹਿਤ ਦੇ ਵਿਹੜੇ ਦੇ ਵਿੱਚ, ਆਪਾਂ ਗੱਲ ਕਰੀਏ, ਤੁਹਾਨੂੰ ਲੱਗਦਾ ਵੀ ਇਹ ਜਿਹੜੀ ਬੁਣਤੀ ਹੈਗੀ ਹੈ ਸਾਹਿਤਕ ਨਾਵਾਂ ਲਈ ਕੀਤੀ ਜਾਂਦੀ ਹੈ ਜਾਂ ਬਣਾਈ ਜਾਂਦੀ ਹੈ? ਇਹ ਦੇਖੋ, ਜਿਵੇਂ ਇਸ ਨਾਵਲ ਦੇ ਪ੍ਰਸੰਗ ਦੇ ਵਿੱਚ ਹੀ ਰਹੀਏ ਆਪਾਂ, ਹਾਂਜੀ, ਉਹ ਇਹ ਹੈ ਕਿ ਜਦੋਂ ਕਿਸੇ ਲੇਖਕ ਨੂੰ ਇਨਾਮ ਦਿਵਾਉਣਾ ਹੁੰਦਾ, ਹਾਂਜੀ, ਜਿਹੜੇ ਉੱਤੇ ਮਤਲਬ ਕਾਬਜ਼ ਹੁੰਦੇ ਹੈਗੇ ਸਾਡੀ ਪੰਜਾਬੀ ਸਾਹਿਤ ਅਕੈਡਮੀ ਕੀਤਾ ਗਿਆ ਜੀ ਅਹੁਦੇਦਾਰ, ਹਾਂਜੀ, ਫਾਈਨਲ ਜਿਹੜੀ ਤਿੰਨ ਬੰਦਿਆਂ ਦੀ ਟੀਮ ਰਹਿ ਜਾਂਦੀ ਹੈ, ਹਾਂਜੀ, ਉਹ ਤਿੰਨਾਂ ਨੇ ਫੈਸਲਾ ਕਰਨਾ ਹੁੰਦਾ ਕਿ ਕਿਵੇਂ ਦਿੱਤਾ ਜਾਵੇ, ਠੀਕ ਹੈ ਜੀ। ਇਦੋਂ ਪਹਿਲਾਂ ਪਰ ਗੋਂਦਾਂ ਜਿਹੜੀਆਂ ਦੋ ਦੋ ਤਿੰਨ ਤਿੰਨ ਸਾਲ ਮਤਲਬ ਚਾਰ ਚਾਰ ਸਾਲ ਜਿਹੜੀਆਂ ਪਹਿਲਾਂ ਉਹ ਗੁੰਦੀਆਂ ਜਾਂਦੀਆਂ, ਅੱਛਾ, ਉਸ ਮਤਲਬ ਜਿਹੜੀ ਕਿਤਾਬ ਨੂੰ ਟਾਰਗੇਟ ਕੀਤਾ ਜਾਂਦਾ ਜਾਂ ਜਿਸ ਲੇਖ ਨੂੰ ਟਾਰਗੇਟ ਕੀਤਾ ਜਾਂਦਾ ਉਹਨੂੰ ਵੱਧੋ ਵੱਧ ਉਸ ਕਿਤਾਬ ਬਾਰੇ ਛਪਵਾਇਆ ਜਾਂਦਾ, ਉਹਦੇ ਬਾਰੇ ਆਰਟੀਕਲ ਲਿਖੇ ਜਾਂਦੇ ਹੈ, ਉਹਦੇ ਬਾਅਦ ਗੋਸ਼ਟੀਆਂ ਕੀਤੀਆਂ ਜਾਂਦੀਆਂ ਨੇ, ਉਸ ਨਾਵਲ ਨੂੰ ਉਭਾਰਿਆ ਜਾਂਦਾ, ਉਹਦੇ ਬਾਰੇ ਜਿਹੜੇ ਹੋਰ ਮੈਂਬਰ ਥੱਲੇ ਜਿਹੜੇ ਪੰਜਾਬ ਚ ਵੱਖ ਵੱਖ ਥਾਵਾਂ ਤੇ ਫੈਲੇ ਹੁੰਦੇ ਆ ਮੁੱਢਲੇ ਤੌਰ ਤੇ ਰਾਏ ਲਈ ਜਾਂਦੀ ਹੈ, ਉੱਥੇ ਵੀ ਜਿੱਥੇ ਕੋਈ ਵੱਸ ਚੱਲਦੀ ਹੈ ਲੇਖਕ ਆਪਦੇ ਹੱਕ ਜਿਹਦਾ ਭਜਵਾ ਕੇ ਭੇਜਦਾ, ਕਈ ਕਿਤਾਬਾਂ ਹੁੰਦੀਆਂ ਉੱਤੇ, ਫਿਰ ਜਾ ਕੇ ਅੰਤ ਜਾ ਕੇ ਦੋ ਕਿਤਾਬਾਂ ਰਹਿ, ਦੋ ਲੇਖ ਰਹਿ ਜਾਂਦੇ ਨੇ, ਦੋਨਾਂ ਦੇ ਵਿੱਚੋਂ ਉਹ ਇੱਕ ਨੂੰ ਨਾਵਲ ਮਿਲਣਾ ਹੁੰਦਾ। ਇਹਦੇ ਵਿੱਚ ਸਾਰਾ ਜੋ ਇਹਦੇ ਪਿੱਛੇ ਹੁੰਦਾ, ਪਰਦੇ ਪਿੱਛੇ ਜਿਹੜਾ ਹੁੰਦਾ ਉਹ ਇਸ ਨਾਵਲ ਦਾ ਉਹ ਅੰਗ ਬਣਾਇਆ ਗਿਆ। ਇਹਦੇ ਨਾਲ ਨਾਲ ਇੱਥੋਂ ਤੱਕ ਵੀ ਹੈ ਕਿ ਜਿਹੜੇ ਇਸ ਨਾਵਲ ਦੀ ਨਾਲ ਕੜੀ ਹੋਰ ਜੁੜਦੀ ਹੈ ਉਹ ਹੈ ਕਿ ਜਿੰਨਾਂ ਲੜਕੀਆਂ ਨੂੰ ਮਤਲਬ ਪੀ ਐਚ ਡੀ ਕਰਾਈ ਜਾਂਦੀ ਹੈ ਕਿ ਜਾਂ ਮਤਲਬ ਪੀ ਐਚ ਐਮਫਿਲ ਕਰਵਾਈ ਜਾਂਦੀ ਹੈ, ਹਾਂਜੀ, ਉਹਨੂੰ ਹੌਲੀ ਹੌਲੀ ਜਿਹੜਾ ਕਵੀ ਬਣਾਇਆ ਜਾਂਦਾ, ਉਹਦੇ ਹੱਕ ਚ ਲਿਖ ਲਿਖ ਕੇ ਉਹਨੂੰ ਫਿਰ ਜਦੋਂ ਮਤਲਬ ਭਾਰਤੀ ਜਿਹੜੇ ਜਵਾਨਾਂ ਹੈਗੇ ਉਹਦੇ ਕਵੀ ਦਰਬਾਰ ਹੁੰਦੇ ਆ ਉਹਨਾਂ ਦੇ ਪੇਸ਼ ਕੀਤਾ ਜਾਂਦਾ, ਉਹਦੇ ਪਿੱਛੇ ਲੇਖਕ ਨੇ ਇਹ ਗੱਲ ਵੀ ਦੱਸੀ ਹੈ ਵੀ ਉਹ ਕੋਈ ਜਿਹੜੀ ਕੁੜੀ ਏਦਾਂ ਮਤਲਬ ਕੁੜੀਆਂ ਆਉਂਦੀਆਂ ਨੇ, ਹਾਂਜੀ, ਉਹਨਾਂ ਦੇ ਪ੍ਰਤੀ ਮਤਲਬ ਜਿਹੜੀ ਅਪਰੋਚ ਹੁੰਦੀ ਆ ਮੂਲ ਜਿਹੜੇ ਬੰਦੇ ਲੱਗੇ ਹੋਏ ਨੇ ਉੱਥੇ ਉਭਾਰਨ ਵਾਲੇ ਉਹਨਾਂ ਦੀ ਜਿਹੜੀ ਸੋਚ ਹੈ ਉਹ ਕੋਈ ਸਹੀ ਨੀ ਹੁੰਦੀ, ਵਿਵਹਾਰਕ ਵੀ ਨੀ ਹੁੰਦੀ, ਉਹਦੇ ਪਰਦੇ ਪਿੱਛੇ ਬਹੁਤ ਕੁਛ ਹੁੰਦਾ, ਉਹਨੂੰ ਮਤਲਬ ਛੋਟੀ ਚੀਜ਼ ਨੂੰ ਐਡਾ ਵੱਡਾ ਬਣਾਇਆ ਜਾਂਦਾ, ਉਹਨੂੰ ਛੁਪਾਇਆ ਜਾਂਦਾ, ਉਹਦੀਆਂ ਮੈਗਜ਼ੀਨ ਟਿੱਪਣੀਆਂ ਲਿਖੀਆਂ ਜਾਂਦੀਆਂ ਨੇ, ਉਹ ਸਾਰੀ ਮਤਲਬ ਬਣਤਰ ਇੱਕ ਨਾਲ ਇਹ ਵੀ ਗੱਲ ਜੁੜੀ ਹੋਈ ਹੈ। ਉਹ ਲੜਕੀਆਂ ਫਿਰ ਲਗਾਤਾਰ ਉਹਨਾਂ ਦੇ ਸੰਪਰਕ 'ਚ ਰਹਿੰਦੀਆਂ ਨੇ, ਜਿਹੜੀਆਂ ਨਹੀਂ ਰਹਿੰਦੀਆਂ ਉਹਨਾਂ ਪ੍ਰਤੀ ਫਿਰ ਪਿੱਛੋਂ ਰਵੱਈਆ ਬਦਲ ਲੈਂਦੇ ਨੇ, ਉਹ ਜਿਹੜੀ ਮਤਲਬ ਸਕੀਮ ਹੁੰਦੀ ਹੈ ਇਹਨੂੰ ਹੱਥ ਦੇ ਵਿੱਚ ਕਰਨ ਦੀ ਉਹ ਵੀ ਜਿਹੜੀ ਪਿੱਛੋਂ ਮਤਲਬ ਨਹੀਂ ਰਹਿੰਦੀ, ਉਹਨਾਂ ਦੀ ਅਪਰੋਚ ਇਹ ਰਹਿੰਦੀ ਹੈ ਵੀ ਇਸ ਜਿਹੜੇ ਇਨਾਮ ਮਿਲਦੇ ਹੈ ਉਹਦੇ ਵਿੱਚੋਂ ਵੱਖ ਵੱਖ ਤਰ੍ਹਾਂ ਦੇ ਲਾਹੇ ਕਿਵੇਂ ਲੈ ਜਾਣ, ਉਹ ਲਾਹਿਆਂ ਦਾ ਇਹਦੇ ਵਿੱਚ ਜ਼ਿਕਰ ਚੱਲਦਾ ਵੀ ਹੋਇਆ ਨਾਵਲ ਦਾ, ਇਹੋ ਕਾਰਨ ਹੈ ਕਿ ਇਹ ਨਾਵਲ ਦਿਲੋਂ ਚਰਚਿਤ ਹੋ ਰਿਹਾ ਤੇ ਇਹਦੀਆਂ ਪਰਤਾਂ ਜਿਹੜੀਆਂ ਹੈਗੀਆਂ ਉਹ ਫੋੜੀਆਂ ਜਾ ਰਹੀਆਂ ਨੇ। ਕੀ ਬਾਤ ਹੈ ਚੌਹਾਨ ਸਾਹਿਬ, ਜੇ ਆਪਾਂ ਸਹੀ ਸ਼ਬਦਾਂ ਦੇ ਵਿੱਚ ਕਹਿਣ ਦੀ ਕੋਸ਼ਿਸ਼ ਕਰੀਏ ਕਿ ਇਹ ਪਹਿਲਾ ਨਾਵਲ ਹੈ ਜਿਹਨੇ ਇਨਾਮਾਂ ਦੇ ਨਾਲ ਜਿਹੜੀ ਵੀ ਬੁਣਤੀ ਗੁੰਦੀ ਜਾਂਦੀ ਹੈ ਉਹਨੂੰ
पेश करन दी कोशिश करी है तां करके ये चर्चा का विशा बनया। चौहान साहब जे अगली गल आपां इहदे नाल जोड़ीए जिहड़े ये साहित्यक इनाम ने जां अवार्ड आपां गल करिए चाहे केंद्र दे ने चाहे पंजाब एक शुरू क्यों होए सी असल मंतव की सी इहनां दा? देखो सरकारां जिहड़ियां हुंदियां ਉਹਨਾਂ ਜੇ ਉਹਨਾਂ ਦੀ ਮੂਲ ਸੋਚ ਲੱਭੀ ਜਾਵੇ ਹਾਂਜੀ ਉਹ ਇਹ ਹੁੰਦੀ ਹੈ ਵੀ ਕਦੇ ਵੀ ਉਹ ਲੇਖਕਾਂ ਦੇ ਹੱਕ ਦੇ ਵਿੱਚ ਨਹੀਂ ਹੁੰਦੀਆਂ ਉਹ। ਠੀਕ ਹੈ ਜੀ। ਸੱਤਾਧਾਰੀ ਜਿਹੜੀ ਮਤਲਬ ਪਾਰਟੀ ਹੈ ਬਿਲਕੁਲ ਉਹਦੇ ਨਾਲ ਲੇਖਕਾਂ ਦੀ ਜਿਹੜੀ ਉਹਨੇ ਸਹਿਮਤੀ ਆਪਸ ਵਿੱਚ ਨਹੀਂ ਹੁੰਦੀ। ਹਾਂਜੀ ਉਹਨਾਂ ਨੇ ਜਿਹੜੇ ਲੋਕਾਂ ਦਾ ਦੁਖੀ ਜੀਵਨ ਹੈ ਜਾਂ ਜਿਹਨਾਂ ਲੋਕਾਂ ਦਾ ਹੱਕ ਮਾਰਿਆ ਜਾ ਰਿਹਾ ਹੁੰਦਾ ਉਹਨਾਂ ਨੇ ਉਹ ਪਾਤਰ ਸਿਰਜਣੇ ਹੁੰਦੇ ਆ ਜਿਹੜੇ ਲੋਕ ਹਾਸ਼ੀਏ ਤੇ ਧੱਕੇ ਹੁੰਦੇ ਨੇ ਜਾਂ ਜਿਹਨਾਂ ਨਾਲ ਜਾਤੀਆਂ ਹੋਈਆਂ ਹੁੰਦੀਆਂ ਨੇ। ਠੀਕ ਹੈ ਜੀ। ਇਸ ਪ੍ਰਸੰਗ ਦੇ ਵਿੱਚ ਮੈਂ CPI ਪਾਰਟੀ ਦਾ ਜ਼ਿਕਰ ਕਰਨਾ ਚਾਹੂੰਗਾ। ਠੀਕ ਹੈ ਜੀ। ਇੱਥੇ ਜਦੋਂ ਮਤਲਬ ਇਸ ਸੈਂਟਰ ਦੇ ਵਿੱਚ ਜਵਾਹਰ ਲਾਲ ਨਹਿਰੂ ਜੀ ਸਾਡੇ ਪ੍ਰਧਾਨ ਮੰਤਰੀ ਸੀ ਉਦੋਂ CPI ਜਿਹੜੀ ਵਿਰੋਧੀ ਪਾਰਟੀ ਬਹੁਤ ਵੱਡੀ ਪਾਰਟੀ ਸੀ ਉਹਨਾਂ ਦੇ ਬੰਦੇ ਉਹ ਜਿੱਤ ਕੇ ਆਉਂਦੇ ਵੀ ਸੀ ਜਾਂ ਹੋਰ ਹੈ। ਅੱਛਾ ਜਿਹੜੇ ਲੇਖ ਜ਼ਿਆਦਾਤਰ ਜਿਹੜੀ ਵੱਡਾ ਧੜਾ ਸੀ ਲੇਖਕਾਂ ਦਾ ਉਹ CPM ਨਾਲ ਤੇ ਅਗਾਂਹ ਵਧੂ ਸੋਚ ਨੂੰ ਪਰਨਾਇਆ ਹੋਇਆ ਸੀ ਉਦੋਂ ਮਤਲਬ ਇਹ ਸੋਚ ਨੂੰ ਮਤਲਬ ਕਿਵੇਂ ਆਪਦੇ ਵੱਲ ਖਿੱਚਿਆ ਜਾ ਰਿਹਾ ਜਾਂ ਲੇਖਕਾਂ ਦੇ ਜਿਹੜੀ ਲਾਲਚ ਦੀ ਭਾਵਨਾ ਕਿਵੇਂ ਪੈਦਾ ਕੀਤਾ ਜਾਵੇ ਉਦੋਂ ਮਤਲਬ ਪੰਜਾਬੀ ਸਾਹਿਤ ਅਕੈਡਮੀ ਦਾ ਮਤਲਬ ਨਾਮ ਵੀ ਸ਼ੁਰੂ ਅਤੇ ਵੱਖ ਵੱਖ ਜਿਹੜੀਆਂ ਭਾਸ਼ਾਵਾਂ ਸੀ ਭਾਰਤ ਦੀਆਂ ਉਹਨਾਂ ਦੀਆਂ ਅਕੈਡਮੀਆਂ ਬਣਾਈਆਂ ਗਈਆਂ ਤੇ ਅਕੈਡਮੀਆਂ ਰਾਹੀਂ ਲੇਖਕਾਂ ਨੂੰ ਇਨਾਮ ਮਿਲਣ ਲੱਗੇ। ਉਹ ਜਿਹੜੇ ਇਨਾਮ ਸੀ ਇੱਕ ਤਰ੍ਹਾਂ ਦੇ ਮਤਲਬ ਬਹੁਤ ਵੱਡੀ ਰਕਮ ਸੀ 5000 ਤੋਂ ਹੀ ਸ਼ੁਰੂ ਹੋਇਆ ਸੀਗਾ ਹੌਲੀ ਹੌਲੀ ਮਤਲਬ ਹੁਣ ਕਾਫੀ ਹੋ ਗਏ ਸਮੇਂ ਨਾਲ ਵਾਧਾ ਵਾਧਾ ਗਿਆ ਵਾਧਾ ਗਿਆ। ਇਹਦੇ ਪ੍ਰਤੀ ਮਤਲਬ ਲੇਖਕਾਂ ਦਾ ਝੁਕਾਅ ਮਤਲਬ ਹੋ ਸਕੇ ਉਸੇ ਤਰ੍ਹਾਂ ਦੇ ਉੱਤੇ ਜਦੋਂ ਪੰਜਾਬ 'ਚ ਕਾਂਗਰਸ ਦੀ ਸਰਕਾਰ ਸੀ ਉਹਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਦੀ ਹਾਂਜੀ ਉਦੋਂ ਮਤਲਬ ਜਿਹੜਾ ਹੈਗਾ ਉਦੋਂ ਪਿੱਛੋਂ ਭਾਸ਼ਾ ਭਾਗ ਬਣਿਆ ਭਾਸ਼ਾ ਭਾਗ ਨੇ ਇਨਾਮ ਸ਼ੁਰੂ ਕੀਤੇ ਉਹ ਵੀ 5000 ਦਾ ਸ਼ੁਰੂ ਹੋਇਆ ਸੀ ਹੁਣ 5 ਲੱਖ ਦਾ ਹੋ ਗਿਆ ਵਿਸ਼ੇਸ਼ ਇਨਾਮ 20 ਲੱਖ ਦਾ ਹੋ ਗਿਆ। ਉਹ ਮਤਲਬ ਲੋਕ ਭਾਵੇਂ ਲੇਖਕ ਆਪਦੇ ਬੱਧਰ ਜਾਂ ਲੋਕ ਇਹ ਸਮਝਦੇ ਉਹ ਲੇਖਕਾਂ ਦੀ ਹੌਸਲਾ ਅਫਜਾਈ ਕਰਨ ਵਾਸਤੇ ਸੀਗਾ ਉਂਝ ਪਰ ਜੇ ਅਸੀਂ ਹੌਸਲਾ ਅਫਜਾਈ ਕਹਾਂਗੇ ਇਹਨੂੰ ਇੱਕ ਤਰ੍ਹਾਂ ਦਾ ਮਤਲਬ ਨਿਆਂ ਨਹੀਂ ਹੋਊਗਾ। ਅੰਦਰ ਗਤੀ ਤਾਂ ਇਹ ਹੈ ਵੀ ਲੇਖਕਾਂ ਦਾ ਕਿਰਦਾਰ ਸੀਗਾ ਜਿਹੜਾ ਇਹ ਉਹਨੂੰ ਹੋਈ ਖੋਰਾ ਲਾਉਣ ਵਾਸਤੇ ਜਿਹੜੇ ਇਨਾਮ ਸ਼ੁਰੂ ਕੀਤੇ ਗਏ ਸੀਗੇ। ਇਹ ਸਰਕਾਰਾਂ ਕਦੇ ਵੀ ਲੇਖਕਾਂ ਨੂੰ ਆਪਦਾ ਨਹੀਂ ਮੰਨਦੀਆਂ ਜੇ ਭਾਰਤ ਸਰਕਾਰ ਆਪਦਾ ਲੇਖਕਾਂ ਨੂੰ ਮੰਨਦੀਆਂ ਹੁੰਦੀਆਂ ਜਾਂ ਹੋਰ ਹੈ ਇਹਨਾਂ ਦੇ ਮਤਲਬ ਹਿੰਦੁਸਤਾਨ ਤੋਂ ਬਿਨਾਂ ਜਿਹੜੀਆਂ ਭਾਰਤੀ ਭਾਸ਼ਾਵਾਂ ਨੇ ਉਹ ਤੋਂ ਬਿਨਾਂ ਉਹਨਾਂ ਦੀਆਂ ਕਿਤਾਬਾਂ ਮਤਲਬ ਆਪਦੇ ਵੱਧਦੇ ਵਿਸ਼ੇ ਲੈਵਲ ਤੇ ਫੈਲਾਈਆਂ ਜਾ ਸਕਦੀਆਂ ਸੀ। ਇਹ ਨਹੀਂ ਕਿ ਕੋਈ ਪੰਜਾਬੀ ਵਿੱਚ ਹੁਣ ਤੱਕ ਚੰਗਾ ਨਹੀਂ ਲਿਖਿਆ ਗਿਆ ਉਹ ਅੰਦਰ ਗਤੀ ਮਤਲਬ ਸਰਕਾਰ ਨੇ ਆਪਦਾ ਨਹੀਂ ਸਮਝਿਆ ਪਰ ਇੱਕ ਤਰ੍ਹਾਂ ਦੀ ਜਿਹੜੀ ਉਲਟ ਜਾ ਕੇ ਵੀ ਇਨਾਮਾਂ ਦੀ ਰਾਸ਼ੀ ਵਧਾ ਵਧਾ ਕੇ ਇਹਦੇ ਕਿਰਦਾਰ ਵਿੱਚ ਕਰ ਦਿਓ। ਹੁਣ ਜੋ ਸਰਕਾਰ ਦੀ ਮਹਿਸੂਸ ਸੀ ਉਹ ਭਾਵੇਂ ਕੇਂਦਰ ਦੀ ਸੀ ਉਹ ਭਾਵੇਂ ਪੰਜਾਬ ਸਰਕਾਰ ਦੀ ਸੀ ਹੁਣ ਉਹ ਮੇਰੇ ਹਿਸਾਬ ਨਾਲ ਪੂਰਨ ਤੌਰ ਤੇ ਉਹ ਸਫਲ ਹੋ ਗਈ ਹੈ। ਠੀਕ ਹੈ ਜੀ। ਉਹਨਾਂ ਦਾ ਇਹ ਸੀ ਵੀ ਇਹ ਲੇਖਕ ਤਾਂ ਲਾਲਾ ਸਿੜਦੇ ਫਿਰਨੇ ਜਿਹੜੇ ਸਾਡੇ ਖਿਲਾਫ਼ ਲਿਖਦੇ ਆ ਕਿ ਜਾਂ ਮਤਲਬ ਲੋਕਾਂ ਨੂੰ ਸੁੱਤੇ ਪਿਆ ਲੋਕਾਂ ਨੂੰ ਜਗਾਉਂਦੇ ਆ। ਮੇਰਾ ਖਿਆਲ ਵੀ ਇਹ ਕੰਮ ਆਪਣੇ ਆਪ ਜੋ ਸਰਕਾਰਾਂ ਸੀਗਾ ਉਹ ਹੋ ਗਿਆ ਤੇ ਹੁਣ ਇਹ ਜਿਹੜਾ ਨਾਵਲ ਹੈ ਉਹ ਇੰਨੀ ਗਿਰਾਵਟ ਦੀ ਗੱਲ ਕਰਦਾ ਕਿ ਇੱਥੋਂ ਤੱਕ ਵੀ ਗੱਲਾਂ ਹੁੰਦੀਆਂ ਵੀ ਜਿਹੜੇ ਬੰਦੇ ਮੁੱਢਲੇ ਆਦਮੀ ਨੇ ਮਤਲਬ ਮੁੱਢਲੇ ਮੈਂਬਰ ਨੇ ਇਨਾਮ ਦੇਣ ਵਾਲੇ ਹੋ ਉਹਨਾਂ ਨੂੰ ਇੰਨੇ ਘਟੀਆ ਤਰੀਕੇ ਦੇ ਨਾਲ ਪ੍ਰਾਪਤ ਕੀਤਾ ਜਾਂਦਾ ਉਹ ਇੱਥੇ ਦੱਸਣਾ ਵੀ ਮਤਲਬ ਦੱਸਣ ਲੱਗਿਆਂ ਵੀ ਸ਼ਰਮ ਆਉਂਦੀ ਹੈ ਵੀ ਇੱਥੋਂ ਤੱਕ ਵੀ ਉਹਨਾਂ ਨੂੰ ਮਤਲਬ ਜਿਹੜੀਆਂ ਔਰਤਾਂ ਨੇ ਉਹ ਵੀ ਪ੍ਰਭਾਵਿਤ ਕਰਨ ਵਾਸਤੇ ਪੇਸ਼ ਕੀਤੀਆਂ ਜਾਂਦੀਆਂ ਨੇ। ਅੱਛਾ ਜੀ। ਚੌਹਾਨ ਸਾਹਿਬ ਬਿਲਕੁਲ ਤੁਸੀਂ ਉਸੇ ਮੋੜ ਤੇ ਲਿਆਏ ਮੈਂ ਇੱਧਰ ਹੀ ਲੈ ਕੇ ਆਉਣਾ ਚਾਹੁੰਦਾ ਸੀ ਆਪਾਂ ਜਸਵੀਰ ਭੁੱਲਰ ਹੋਰਾਂ ਦੀ ਗੱਲ ਹੀ ਅਗਾਂਹ ਵਧਾਉਣ ਦੀ ਜੇ ਕੋਸ਼ਿਸ਼ ਕਰੀਏ ਜਿਸ ਤਰੀਕੇ ਦੀ ਬਾਤ ਤੁਸੀਂ ਰੱਖੀ ਜਿਸ ਤਰੀਕੇ ਦੀ ਗੱਲ ਜਸਵੀਰ ਭੁੱਲਰ ਹੋਰੀ ਰੱਖਣਾ ਚਾਹੁੰਦੇ ਨੇ ਤੁਹਾਨੂੰ ਲੱਗਦਾ ਵੀ ਜਿਹੜੇ ਨਵੇਂ ਲੇਖਕ ਜਾਂ ਨਵੇਂ ਕੁੜੀਆਂ ਮੁੰਡੇ ਸਾਹਿਤ ਦੇ ਵਿਹੜੇ ਦੇ ਵਿੱਚ ਪੈਰ ਧਰ ਰਹੇ ਨੇ ਜਾਂ ਵਿਚਰ ਰਹੇ ਨੇ ਉਹਨਾਂ ਦੇ ਮਨ ਦੇ ਵਿੱਚ ਇਹ ਸੱਚ ਜਾਂ ਇਹ ਯਥਾਰਥ ਜੋ ਇਹਨਾਂ ਨੇ ਸਿਰਜਿਆ ਨੇੜੇ ਆ ਕੇ ਉਹਨਾਂ ਦਾ ਕਿਤੇ ਨਾ ਕਿਤੇ ਮਨ ਜਿਹੜਾ ਹੈਗਾ ਉਹ ਪ੍ਰਭਾਵਿਤ ਹੋਊਗਾ ਉਹਨਾਂ ਨੂੰ ਉਹ ਉਦਾਸ ਚਿਹਰੇ ਹੋਣਗੇ ਵੀ ਜਿਹੜੇ ਸੱਚ ਲਿਖਣਾ ਦੀ ਕੋਸ਼ਿਸ਼ ਕਰ ਰਹੇ ਜਾਂ ਇਹ ਆਸ ਰੱਖਦੇ ਨੇ ਕਿ ਸਾਡੇ ਸੱਚ ਲਿਖੇ ਨੂੰ ਪ੍ਰਵਾਣਿਆ ਜਾਊਗਾ ਤੇ ਸਾਨੂੰ ਇਨਾਮ ਦਿੱਤਾ ਜਾਊਗਾ। ਹਾਂ ਇੱਕ ਤਾਂ ਇਹ ਗੱਲ ਹੈ ਕਿ ਜਿਹੜਾ ਹੁਣ ਮਤਲਬ ਇਸ ਤੇ ਦੋ ਤਰ੍ਹਾਂ ਦੇ ਇਨਾਮ ਜਿਹੜੇ ਕੇਂਦਰ ਤੋਂ ਜਿਹੜੀ ਹੈਗੀ ਮਤਲਬ ਅਕੈਡਮੀ ਹੈ ਦਿੱਲੀ ਅਕੈਡਮੀ ਉਹਦੇ ਵੱਲੋਂ ਦਿੱਤੇ ਜਾਂਦੇ ਇੱਕ ਯੁਵਾ ਅਵਾਰਡ ਹੈਗਾ। ਹਾਂਜੀ ਉਹ ਯੁਵਾ ਅਵਾਰਡ 35 ਸਾਲ ਦੀ ਉਮਰ ਤੋਂ ਮਤਲਬ ਛੋਟੇ ਲੇਖ ਨੂੰ ਕਵਿਤਰੀ ਜਾਂ ਕਵਿਤਰੀ ਜਾਂ ਜਿਹੜੇ ਕਵੀ ਨੂੰ ਦਿੱਤਾ ਜਾਂਦਾ। ਠੀਕ ਹੈ ਜੀ। ਉਹਦੇ ਵਿੱਚ ਇਹ ਦੱਸਿਆ ਗਿਆ ਕਿ ਇਹ ਜਿਹੜੇ ਨਾਵਲ ਮਤਲਬ ਏਦਾਂ ਜਿਹੜੇ ਯੁਵਾ ਪੁਰਸਕਾਰ ਸੀ ਉਹ ਸ਼ੁਰੂ ਹੋਈ ਇਹ ਸੋਚ ਦੇ ਵਿੱਚੋਂ ਕੀਤੇ ਗਏ ਕਿ ਇਸ ਤਰ੍ਹਾਂ ਮਤਲਬ ਜਿਹੜੇ ਨਵੀਂ ਉਮਰ ਦੀਆਂ ਕੁੜੀਆਂ ਨੇ ਉਹ ਇਹ ਜ਼ਰੀਏ ਵੀ ਪ੍ਰਭਾਵਿਤ ਕੀਤੀਆਂ ਜਾ ਸਕਦੀਆਂ ਨੇ ਉਹਨਾਂ ਨੂੰ ਵਰਤਿਆ ਜਾ ਸਕਦਾ। ਠੀਕ ਹੈ। ਇਹਦੇ ਨਾਵਲ ਦੇ ਵਿੱਚ ਇਹ ਅੰਕਿਤ ਹੈ। ਠੀਕ ਹੈ ਜੀ। ਇਹ ਅੰਕਿਤ ਹੋਣ ਕਰਕੇ ਮੈਂ ਇਸੇ ਪ੍ਰਸੰਗ ਦੀ ਗੱਲ ਕਰਦਾ। ਠੀਕ ਹੈ। ਇਹਦੇ ਬਾਕੀ ਜਿਹੜੇ ਇਹ ਦੌੜ ਹੈ ਮਤਲਬ ਇਨਾਮਾਂ ਦੀ ਜਾਂ ਹੋਰ ਹੈ ਇਹ ਮੈਂ ਇੱਕ ਤਰ੍ਹਾਂ ਦਾ ਇਹ ਸਮਝਦਾ ਵੀ ਇਹ ਲੇਖਕਾਂ ਦੇ ਵਿੱਚ ਕਿਤੇ ਹੀਣ ਭਾਵਨਾ ਹੈ। ਠੀਕ ਹੈ। ਹੀਣ ਭਾਵਨਾ ਜਿਹੜੀ ਹੈਗੀ ਹੈ ਵੀ ਕੀ ਜਿਹੜਾ ਇੱਕ ਲੇਖਕ ਹੈ ਤੇ ਜਾਂ ਲੇਖ ਤੇ ਪਾਠਕ ਦਾ ਰਿਸ਼ਤਾ ਹੈ ਉਹਦੀ ਕੋਈ ਕਿਤਾਬ ਛਪਦੀ ਹੈ ਉਹ ਕੀ ਮਤਲਬ ਇਨਾਮ ਜੇ ਉਹਨੂੰ ਮਿਲ ਜਾਂਦਾ ਕੀ ਵੱਧ ਪੜ੍ਹ ਲੈਂਦੇ ਲੋਕ
ਉਹਦੀ ਪ੍ਰਭਾਵ ਸ਼ਕਤੀ ਜਿੰਨੀ ਕੁ ਹੈਗੀ, ਉਹਦਾ ਦਾਇਰਾ ਜਿੰਨਾ ਕਿਸੇ ਲੇਖ ਦਾ ਹੈਗਾ, ਉਹ ਪੜ੍ਹਨਾ ਤਾਂ ਉਹਨਾਂ ਬੰਦਿਆਂ ਨੇ। ਜਿੱਦਾਂ ਬੰਦੇ ਨੂੰ ਯੁਵਾ ਪੁਰਸਕਾਰ ਮਿਲੇ ਸੀਗੇ, ਉਹਨਾਂ ਦੇ ਹੁਣ ਮਤਲਬ ਕਿੰਨਾ ਕੁ ਉਹ ਪ੍ਰਚਲਿਤ ਹੋ ਗਏ ਲੋਕਾਂ ਦੇ ਵਿੱਚ, ਜਾਂ ਕਿੰਨੇ ਕੁ ਲੋਕਾਂ ਨੇ ਉਹਨੂੰ ਹੱਥ ਚੱਕ ਲਿਆ। ਇਹ ਤਰ੍ਹਾਂ ਤਰ੍ਹਾਂ ਦੀਆਂ ਗੋਂਦਾਂ ਹੁੰਦੀਆਂ, ਜਿਹੜੇ ਤਾਂ ਜੀ ਬੰਦੇ ਇਨਾਮਾਂ ਦੀ ਲੈ ਜਾਂਦਾ ਜਦੋਂ ਬੰਦਾ ਇਸ ਦੌਰ ਦੇ ਵਿੱਚ ਸ਼ਾਮਿਲ ਹੋ ਜਾਂਦਾ ਨਾ ਇਨਾਮਾਂ ਦੇ ਵਿੱਚ, ਉਹਦੀ ਜਿਹੜੀ ਮੇਨ ਪ੍ਰਵਿਰਤੀ ਹੈਗੀ ਵੀ ਛੋਟਾ ਇਨਾਮ ਲੈਣ ਪਿੱਛੋਂ ਫਿਰ ਉਹ ਵੱਡੇ ਇਨਾਮ ਬੰਦੀ ਹੋ ਜਾਂਦਾ, ਵੱਡੇ ਇਨਾਮ ਦੇ ਪਿੱਛੋਂ ਫਿਰ ਹੋਰ ਵੱਡਾ ਇਨਾਮ ਪਿਆ। ਉਹ ਇਨਾਮਾਂ ਦਾ ਗੇੜ ਜਿਹੜਾ ਹੈਗਾ ਹੌਲੀ ਹੌਲੀ ਜੋ ਕੁਛ ਸਰਕਾਰਾਂ ਚਾਹੁੰਦੀਆਂ ਸੀਗੀਆਂ ਆਪਦੇ ਲੋਕਾਂ ਵੱਲੋਂ ਜਿਹੜਾ ਮੂੰਹ ਹੈਗਾ ਲੇਖ ਦਾ ਉਹ ਹੋ ਕੇ ਹੌਲੀ 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 ਸੂਰਜਮੁਖੀ ਨੂੰ ਘੁੰਮਦਾ 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 ਫਿਰ ਉਹ ਇਨਾਮਾਂ ਦੁਆਲੇ ਘੁੰਮਣ ਲੱਗ ਜਾਂਦਾ। ਅਸਲੀ ਜਿਹੜਾ ਮਕਸਦ ਹੈਗਾ ਦਮਦਾਰ ਰਚਨਾਵਾਂ ਕਰਨੀਆਂ, ਆਪਦੇ ਵਿਸ਼ਿਆਂ ਦੇ ਨਾਲ ਇੱਕ ਮਿੱਕ ਹੋ ਕੇ ਲਿਖਣਾ, ਉਹ ਕੰਮ ਪਿੱਛੇ ਪੈ ਜਾਂਦਾ। ਤੇ ਇਹ ਪਿੱਛੇ ਪੈਣ ਦਾ ਹੁਣ ਕਾਰਨ ਇਹ ਹੈ ਵੀ ਹੁਣ ਪੰਜਾਬੀ ਦੇ ਵਿੱਚ ਉਹਨਾਂ ਲੇਖਕਾਂ ਦੀ ਬਹੁਤ ਘਾਟ ਪੈ ਗਈ ਜਿਨ੍ਹਾਂ ਦੀਆਂ ਕਿਤਾਬਾਂ ਨੂੰ ਪਾਠਕ ਉਡੀਕਦੇ ਹੁੰਦੇ ਸੀਗੇ। ਐਸ ਜੀ ਬਲਵੰਤ ਗਾਰਗੀ ਦੀ ਕਿਤਾਬ ਨਹੀਂ ਆਈ, ਐਸ ਜੀ ਜਿਹੜੀ ਕੁਲਵੰਤ ਸਿੰਘ ਵਿਰਕ ਦੀ ਕੋਈ ਕਿਤਾਬ ਨਹੀਂ ਆਈ, ਜਾਂ ਅਣਖੀ ਰਾਮ ਸਰੂਪ ਅਣਖੀ ਦਾ ਨਵਾਂ ਨਾਵਲ ਨਹੀਂ ਆਇਆ। ਇਹ ਹੁਣ ਗੱਲਾਂ ਜਿਹੜੀਆਂ ਇਹ ਗਿਰਾਵਟ ਦੇ ਕਾਰਨ, ਉਹ ਗਿਰਾਵਟ ਦਾ ਅਸਰ ਜਿਹੜਾ ਹੈਗਾ ਉਹ ਸਾਡੀ ਜਿਹੜੀ ਸਾਹਿਤ ਦੀ ਮਤਲਬ ਸਾਹਿਤ ਦਾ ਮਿਆਰ ਹੈ ਉਹਨੂੰ ਵੀ ਪ੍ਰਭਾਵਿਤ ਕਰਨਾ ਉਹਨੇ ਸ਼ੁਰੂ ਕਰਤਾ। ਤੇ ਇਸ ਨਾਵਲ ਜਿਹੜਾ ਹੈਗਾ, ਇਸ ਨਾਵਲ ਦਾ ਅੱਜ ਕੱਲ੍ਹ ਵਿਰੋਧ ਵੀ ਹੋ ਰਿਹਾ। ਵਿਰੋਧ ਕਾਰਨ ਇਸ ਕਰਕੇ ਹੋਇਆ ਰਿਹਾ ਵੀ ਇਸ ਨਾਵਲ ਦੇ ਵੀ ਜਿਹੜੇ ਕਿਰਦਾਰ ਆਏ ਨੇ ਕਿ ਜਾਂ ਜਿਹੜੇ ਲੇਖਕ ਆਏ ਨੇ ਉਹ ਮਤਲਬ ਪਛਾਣੇ ਗਏ। ਇਹਦੇ ਜਿਹੜਾ ਵੀ ਕੋਈ ਪਾਠਕ ਸਾਹਿਤ ਨਾਲ ਸੰਬੰਧ ਰੱਖਦਾ ਉਹਨੂੰ ਪਤਾ ਲੱਗ ਜਾਂਦਾ ਕਿ ਆਹ ਫਲਾਣੇ ਆਦਮੀ ਦੀ ਗੱਲ ਕੀਤੀ ਹੈ, ਇਹ ਫਲਾਣੇ ਡਾਕਟਰ ਦੀ ਗੱਲ ਕੀਤੀ ਹੈ, ਆਹ ਫਲਾਣਾ ਡਾਕਟਰ ਆ ਗਿਆ। ਬਾਕੀ ਚੋਰ ਨੂੰ ਪਤਾ ਹੀ ਹੁੰਦਾ ਚੌਹਾਨ ਸਾਹਿਬ। ਇੱਕ ਧੜਾ ਜਿਹੜਾ ਹੈਗਾ ਉਹ ਇਸ ਕਿਸਮ ਦਾ ਵੀ, ਮਤਲਬ ਇਹ ਵੀ ਕਿਹਾ ਗਿਆ ਕਿ ਨਾਵਲੀ ਹੈ ਨੀ ਗਾ ਇਹ। ਅੱਛਾ ਜੀ, ਉਹ ਚਲੋ ਬਸ ਉਹਨਾਂ ਦੀ ਸੋਚ ਹੋ ਸਕਦੀ ਹੈ, ਕੁਛ ਮਜ਼ਬੂਰ ਕਰਕੇ ਤਾਂ ਨੀ ਕਿਹਾ ਜਾ ਸਕਦਾ ਕਿ ਇਹ ਨਾਵਲ ਹੈ। ਹਾਂ, ਲੋਕ ਆਪਦੇ ਪੱਧਰ ਤੇ ਇਹਨੂੰ ਪੜ੍ਹਨ ਪਿੱਛੋਂ ਮਤਲਬ ਜ਼ਿਆਦਾ ਜਿਹੜੀ ਵੱਡੀ ਗਿਣਤੀ ਹੈ ਇਸ ਨਾਵਲ ਨੂੰ ਨਾਵਲ ਮੰਨ ਰਹੀ ਹੈਗੀ। ਉਹ ਮੰਨਣ ਦਾ ਕਾਰਨ ਇਹ ਹੈ ਕਿ ਲੋਕ ਉਹਨੂੰ ਪੜ੍ਹ ਰਹੇ ਨੇ। ਵੱਡੀ ਗੱਲ ਤੇ ਜਦੋਂ ਕਿ ਅੱਜ ਪੰਜਾਬੀ ਜਿਹੜੇ ਸਾਹਿਤ ਦੀ ਵਿਕਰੀ ਹੈ ਉਹ ਨਵੀਂ ਹੈ, ਮਤਲਬ ਉਨੀ ਵਿਕਰੀ ਸੀ ਹੋ ਰਹੀ, ਇਸ ਨਾਵਲ ਦੀ ਵਿਕਰੀ ਆਸ ਤੋਂ ਵੱਧ ਹੋ ਰਹੀ ਹੈ। ਬਿਲਕੁਲ ਚੌਹਾਨ ਸਾਹਿਬ, ਤੁਸੀਂ ਬਹੁਤ ਸੋਹਣੀਆਂ ਗੱਲਾਂ ਕਰ ਰਹੇ ਹੋ। ਮੈਂ ਇਹਦੇ ਨਾਲ ਇੱਕ ਕੜੀ ਇਹ ਜੋੜਨਾ ਚਾਹੁੰਦਾ, PhD ਦੀ ਤੁਸੀਂ ਜਿਹੜੀ ਗੱਲ ਕਰਕੇ ਹਟੇ ਹੋ, MPhil ਦੀ ਗੱਲ ਕਰਕੇ ਹਟੇ ਆਪਾਂ, ਇਹਦੇ ਨਾਲ ਹੀ ਵਿਦੇਸ਼ ਯਾਤਰਾਵਾਂ ਜਿਹੜੀਆਂ ਸਾਹਿਤ ਅਦਾਰਿਆਂ ਦੇ ਖਰਚੇ ਤੇ ਕੀਤੀਆਂ ਜਾਂਦੀਆਂ ਉਹ ਵੀ ਹਮੇਸ਼ਾ ਵਿਵਾਦਾਂ ਦੇ ਘੇਰੇ ਚ ਰਹਿੰਦੀਆਂ ਨੇ, ਇੰਨਾ ਇਹ ਮਾਹੌਲ ਗਲਤਾਨ ਹੋਣ ਦਾ ਤੁਸੀਂ ਕੀ ਕਾਰਨ ਸਮਝਦੇ ਹੋ? ਉਹਦਾ ਗਲਤਾਨ ਤਾਂ ਦੇਖੋ ਜੀ, ਜਿਹੜੇ ਮਤਲਬ ਇਸ ਗੱਲ ਤੇ ਇਨਾਮ ਦੇਣ ਦੇ ਵਿੱਚ ਜਾਂ ਦਬਾਉਣ ਦੇ ਵਿੱਚ ਲੋਕ ਸ਼ਾਮਿਲ ਨੇ, ਉਹਨਾਂ ਦੇ ਜੀਵਨ ਦੀਆਂ ਕੋਈ ਅਧੂਰੀਆਂ ਖਾਸ਼ਾਂ ਨੇ ਜਿਹੜੀਆਂ ਮਤਲਬ ਇਹਨਾਂ ਨਾਮਾਂ ਰਾਹੀਂ ਪੂਰੀਆਂ ਕਰਦੀਆਂ। ਹੁਣ ਵੱਡੀ ਗੱਲ ਤਾਂ ਇਹ ਹੈ ਕਿ ਸਾਡੇ ਭਾਰਤ ਦੇ ਵਿੱਚ ਹਜੇ ਤੱਕ ਕੋਈ ਐਸਾ ਬਾਪ ਦਾ ਡਰੀ ਬਣ ਸਕਿਆ ਕਿ ਆਹ ਲੇਖਕ ਹੈ, ਆਹ ਲੇਖ ਨਹੀਂ। ਹੁਣ ਕਿਸੇ ਵੀ ਬੰਦੇ ਨੂੰ ਜਿਹੜੀ ਕਿਤਾਬ ਛੁਪਾ ਕੇ ਜੇ ਇਹ ਸਾਰੇ ਬੰਦੇ ਉਤਲੇ ਚਾਹੁਣ, ਉਹ ਮਤਲਬ ਇੱਕ ਸਾਲ ਦੇ ਵਿੱਚ ਉਹ ਇਨਾਮ ਦੇ ਯੋਗ ਕਰਦੇ, ਦੋ ਸਾਲ ਚ ਯੋਗ ਕਰਦੇ ਵੀ ਆਹ ਇਨਾਮ ਦੇ ਯੋਗ ਹੈ। ਅੱਛਾ, ਜਿਹੜੇ ਸਹੀ ਬੰਦੇ ਆਪਦੇ ਜੀਵਨ ਚ ਵਿਚਰਦੇ ਆ, ਆਪਦਾ ਕੰਮ ਸੁਰਤਾ ਨਾਲ ਕਰਦੇ ਆ, ਉਹਨਾਂ ਕੋਲ ਗੋਂਦਾ ਗੋਦਨ ਦਾ ਟਾਈਮ ਹੀ ਹੈ ਨੀ। ਕਿਆ ਬਾਤ, ਉਹਨਾਂ ਨੇ ਤਾਂ ਇਹ ਹੈ ਕਿ ਮੇਰਾ ਸਾਲ ਬਾਅਦ ਛਪੇ ਕੀ, ਜਿਨ੍ਹਾਂ ਨੇ ਨਿਸ਼ਕਾਮ ਤੌਰ ਤੇ ਇਹਨੂੰ ਬਣਾਇਆ ਹੋਇਆ ਉਹ ਲੋਕ ਸ਼ਾਮਿਲ ਹੈ ਨੀ। ਹਾਂ, ਹੁਣ ਜਿਹੜੇ ਬੰਦੇ ਦਾ ਵਿਰੋਧ ਕਰ ਰਹੇ ਹੈ ਉਹ ਜਾਂ ਤਾਂ ਜਿਹੜੇ ਲੋਕ ਇਸ ਲਾਈਨ ਚ ਲੱਗੇ ਹੋਏ ਨੇ ਅੰਦਰਗਤੀ ਗੋਂਦਾ ਨਾਲ ਸੰਬੰਧਿਤ, ਉਹ ਲੱਗੇ ਹੋਏ ਆ, ਜਾਂ ਜਿਨ੍ਹਾਂ ਦੇ ਕਿਰਦਾਰੇ ਚ ਨੰਗੇ ਹੋ ਰਹੇ ਹੈ ਹਾਲਾਂਕਿ ਇਹਦਾ ਨਾਮ ਨੀ ਪਾਇਆ ਹੋਇਆ, ਪਛਾਣੇ ਜਾ ਰਹੇ ਨੇ, ਉਹ ਵੱਡਾ ਲੈਵਲ ਉਹਨਾਂ ਦਾ ਹੋਣ ਕਰਕੇ ਉਹ ਆਪ ਨੀ ਬੋਲ ਰਹੇ, ਆਪਦੇ ਜਿਹੜੇ ਮਤਲਬ ਸ਼ਾਗਿਰਦ ਲਾਣਾ ਉਹਨਾਂ ਦਾ, ਉਹ ਸ਼ਾਗਿਰਦ ਲਾਣੇ ਨੂੰ ਮੂਹਰੇ ਲਾ ਕੇ ਕੋਈ ਬਿਆਨ ਦਵਾਉਣਾ ਕਿ ਜਾਂ ਉਹਦੇ ਵਿੱਚ ਪੋਸਟਾਂ ਪਾਉਣੀਆਂ, ਉਹ ਕੰਮ ਨਾਲੋ ਨਾਲ ਦੋਨੇ ਕੰਮ ਹੋ ਰਿਹਾ, ਚੰਗਾ ਤੇ ਮਾੜਾ ਵੀ ਹੋ ਰਿਹਾ। ਅੱਛਾ, ਜਿਹੜਾ ਮਾੜੇ ਦਾ ਹੋਣਾ ਉਹ ਜੇ ਕੋਈ ਬੰਦਾ ਇਹਨਾਂ ਨਾਲ ਸੰਬੰਧ ਨਹੀਂ, ਉਹ ਕਿਉਂ ਉਹਦੇ ਖਿਲਾਫ਼ ਜਾਊਗਾ ਨਾਵਲ ਦਾ? ਬਿਲਕੁਲ, ਜੇ ਤੁਸੀਂ ਕਹਿੰਦੇ ਵੀ ਇਹ ਨਾਵਲ ਨਹੀਂ ਬਣਦਾ, ਉਹ ਨਾਵਲ ਦਾ ਕੋਈ ਜਿਹੜਾ ਪੱਕਾ ਮਾਪਦੰਡ ਕਿਹੜਾ ਕਿ ਇਸ ਪੈਟਰ 'ਚ ਲਿਖਿਆ ਹੋਇਆ ਨਾਵਲ ਹੈ, ਇਸ ਪੈਟਰ 'ਚ ਲਿਖਿਆ ਨਾਵਲ ਨਹੀਂ ਹੈ? ਇਹ ਤਾਂ ਕੋਈ ਮਾਪਦੰਡ ਪੱਕੇ ਤਾਂ ਹੈ ਹੀ ਨਾ, ਮਤਲਬ ਕਲਾ ਦਾ ਖੇਤਰ ਹੈ, ਉਹ ਕਲਾ ਦੇ ਖੇਤਰ 'ਚ ਮੋੜ ਦੇਣੇ ਵੀ ਆ। ਤਕਨੀਕ ਜਿਹੜੇ ਨਾਵਲ ਦੀ ਜੋ ਮਤਲਬ ਨਾਨਕ ਸਿੰਘ ਦੀ ਹੁੰਦੀ ਸੀ ਉਹ ਹੁਣ ਬਿਲਕੁਲ ਨਹੀਂ ਰਹੀ, ਨਵੀਆਂ ਤਕਨੀਕਾਂ ਦੇ ਨਾਲ ਨਾਵਲ ਲਿਖੇ ਜਾ ਰਹੇ ਹੈ, ਅੱਧੇ ਬੰਦੇ ਮਤਲਬ ਵਿਚਾਰ ਸ਼ੁਰੂ ਕਰਕੇ ਫਿਰ ਅੰਤ ਤੇ ਲੈ ਕੇ ਜਾਂਦੇ ਆ, ਅੱਧੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਲੈ ਕੇ ਜਾਂਦੇ। ਤਕਨੀਕ ਹੈ ਜਿਹੜੀ, ਤਕਨੀਕ ਤੇ ਇਹਦਾ ਨਾਵਲ ਬਦਲਦੀ ਹੈ, ਬਿਲਕੁਲ ਜੀ, ਉਹ ਤਾਂ ਬਦਲਣੀ ਚਾਹੀਦੀ ਹੈ, ਸਾਡਾ ਸੰਗੀਤ ਬਦਲਦਾ। ਬਿਲਕੁਲ, ਸੰਗੀਤ ਦੀਆਂ ਧੁਨਾਂ ਜਿਹੜੀਆਂ ਸ਼ੁਰੂ ਜਦੋਂ ਮਤਲਬ HMB ਆਈ ਹੈ ਉਹ ਤਾਂ ਗੱਲਾਂ ਹੀ ਰਹੀਆਂ, ਹੁਣ ਕਿੱਥੇ ਆ ਗਿਆ ਸੀ? ਬਿਲਕੁਲ, ਇਸੇ ਤਰ੍ਹਾਂ ਦਾ ਨਾਵਲ ਹੈ ਨਾ, ਉਹ ਨਾਵਲ ਦਾ ਪੱਕਾ ਨਹੀਂ ਕਿਹਾ ਜਾ ਸਕਦਾ, ਐਸੇ ਪੈਟਰਨ ਦੇ ਵਿੱਚ ਵੀ ਆਹ ਨਾਵਲ ਲਿਖਿਆ ਸਰ। ਇਸ ਨਾਵਲ ਦੀ ਜਿੱਦ ਤੱਕ ਇੱਕ ਲੇਖ ਹੋਣ ਦੇ ਨਾਤੇ ਮੈਨੂੰ ਇਹਦੇ ਨਾਵਲ ਦੀ ਗੋਂਦ ਲੱਗੀ ਹੈ, ਮੈਨੂੰ ਇਸ ਨਾਵਲ 'ਚ ਕੁਛ ਵੀ ਫਾਲਤੂ ਲੱਗਦਾ। ਇਹ ਕਹਾਣੀ ਜਿੱਥੋਂ ਸ਼ੁਰੂ ਹੋ ਕੇ ਅੰਤ ਤੱਕ ਲੈ ਕੇ ਜਾਂਦੀ ਹੈ, ਇਹਦੇ ਵਿੱਚ ਸਿੱਟੇ ਵੀ ਕੱਢੇ ਹੋਏ ਜਿਹੜੀ ਇਸ ਤਰ੍ਹਾਂ ਜਿਹੜੇ ਵੀ ਔਰਤਾਂ ਨਾਮ ਲੈ ਲੈਂਦੀਆਂ ਨੇ ਕਿ ਜਾਂ ਮਤਲਬ ਆਪਦੀ ਦੇਹ ਨੂੰ ਰਸਤਾ ਬਣਾ ਕੇ ਇਨਾਮਾਂ ਤੱਕ ਪਹੁੰਚਣ ਦਾ ਜ਼ਰੀਆ ਬਣਾ ਕੇ, ਉਹਨਾਂ ਦਾ ਅੰਤ ਬਿਲਕੁਲ ਨਹੀਂ ਚੰਗਾ ਨਹੀਂ ਰਹਿੰਦਾ।
ਆਤਮਾ ਜਿਹੜੀ ਹੈਗੀ ਗਿਲਾਨੀ ਨਾਲ ਭਰੀ ਰਹਿੰਦੀ ਹੈ। ਅੰਤ ਮਤਲਬ ਖੁਦਕੁਸ਼ੀ ਕਰਨ ਤੱਕ ਦਾ ਵੀ ਹੈਗਾ ਸਮਾਂ ਆ ਜਾਂਦਾ ਜਾਂ ਹੋਰ ਕਰਕੇ ਉਹਦੇ ਵਿੱਚ ਨਾਵਲ ਅਨਡਾਇਰੈਕਟ ਤੌਰ ਤੇ ਮਤਲਬ ਸਾਨੂੰ ਕਹਿਣਾ ਕੀ ਚਾਹੁੰਦਾ ਇਸ ਨਾਵਲ ਚ, ਭਾਵੇਂ ਇਹ ਅੰਕਿਤ ਨਹੀਂ ਕੀਤਾ ਗਿਆ, ਇਸ ਨਾਵਲ ਨੂੰ ਇਹ ਕਹਿੰਦਾ ਵੀ ਇਹ ਰਸਤਾ ਵੀ ਬਹੁਤਾ ਚੰਗਾ ਨਹੀਂ ਹੈ। ਬਿਲਕੁਲ ਚਾਹੁੰਦਾ, ਸਾਹਿਤ ਦੀ ਕੋਈ ਵੀ ਵਿਧਾ ਲਿਖੀ ਜਾਵੇ ਉਹਦਾ ਸਿੱਟਾ ਕੀ ਹੈ, ਉਹਦਾ ਅਸਰ ਕੀ ਕਬੂਲਿਆ ਜਾ ਲਿਆ, ਗੱਲ ਇੱਥੇ ਨਿਬੜਨੀ ਚਾਹੀਦੀ ਹੈ, ਨਾ ਕਿ ਕਿਉਂਕਿ ਤਕਨੀਕ ਜਿਹੜੀ ਹੈਗੀ ਉਹ ਇੱਕ ਰਹਿਣੀ ਹੋਈ ਨਹੀਂ, ਨਵੇਂ ਪੂਰ ਦੇ ਜਿਹੜੇ ਲੇਖਕ ਆਉਣਗੇ ਉਹਨਾਂ ਨੇ ਉਹ ਪੈਟਰਨ ਰਹਿਣ ਹੀ ਦੇਣਾ, ਉਹ ਆਪਣੇ ਸਾਂਚੀ ਨਾਲ ਢਾਲ ਕੇ ਉਹਨੂੰ ਪਰੋਸਣਗੇ ਹੀ ਪਰੋਸਣਗੇ। ਚਾਹੁੰਦਾ ਵਿਰੋਧ ਦੀ ਤੁਸੀਂ ਗੱਲ ਕਰ ਰਹੇ ਹੋ, ਤੁਹਾਨੂੰ ਲੱਗਦਾ ਵੀ ਵਾਜਿਬ ਹੈ ਜੋ ਵਿਰੋਧ ਹੋ ਰਿਹਾ ਜਾਂ ਨਹੀਂ ਹੋਣਾ ਚਾਹੀਦਾ, ਜਾਂ ਇਹ ਨਾਵਲ ਨੂੰ ਕਿਸ ਤਰੀਕੇ ਨਾਲ ਅੱਗੇ ਲਿਜਾਇਆ ਜਾਣਾ ਚਾਹੀਦਾ? ਉਹਦੇ ਚ ਮੈਂ ਕਹਿੰਦਾ ਦੇਖੋ ਵਿਰੋਧ ਤਾਂ ਹਰ ਇੱਕ ਚੀਜ਼ ਦਾ ਹੁੰਦਾ, ਕੋਈ ਵੀ ਗੱਲ ਸਰਪ੍ਰਵਾਨਤ ਨਹੀਂ ਕਦੇ ਹੁੰਦੀ, ਆਪਾਂ ਕਹਿ ਦਈਏ ਵੀ ਆਹ ਚੀਜ਼ ਹੈ ਉਹਨੂੰ ਸਾਰੇ ਮੰਨ ਲੈਣ, ਉਹਦੇ ਚ ਹੁੰਦੀ ਹੈ ਉਂਝ। ਪਰ ਜਿਸ ਤਰ੍ਹਾਂ ਦੇ ਇਹਦੇ ਵਿੱਚੋਂ ਮਤਲਬ ਨਾਵਲ ਦੇ ਵਿੱਚੋਂ ਨੁਕਤੇ ਉਠਾਏ ਗਏ ਨੇ ਕਿ ਜਾਂ ਉਹ ਉੱਠ ਕੇ ਸਾਡੇ ਸਾਹਮਣੇ ਆਉਂਦੇ ਨੇ ਜਾਂ ਸਾਡੇ ਮਨਾਂ ਦੇ ਵਿੱਚ ਵੀ ਰਚਦੇ ਨੇ, ਉਹ ਇਹ ਹੈ ਕਿ ਜੇ ਅਸੀਂ ਸਮਾਜ ਦੀਆਂ ਕੁਰੀਤੀਆਂ ਬਾਰੇ ਨਾਵਲ ਲਿਖ ਸਕਦੇ ਹਾਂ, ਅਸੀਂ ਜੇ ਕੋਈ ਮਤਲਬ ਸਮਾਜ ਦੇ ਭੈੜੇ ਪੱਖ ਜਾਂ ਭ੍ਰਿਸ਼ਟਾਚਾਰ ਬਾਰੇ ਲਿਖ ਸਕਦੇ ਹਾਂ, ਆਪਾਂ ਰਾਜਨੀਤਿਕ ਬੰਦਿਆਂ ਨੂੰ ਮਤਲਬ ਨੰਗੇ ਕਰ ਸਕਦੇ ਹਾਂ, ਕਿ ਜਾਂ ਮਤਲਬ ਅਸੀਂ ਕਿਸੇ ਵਿਸ਼ੇ ਬਾਰੇ ਵੀ ਹੋਰ ਲਿਖ ਸਕਦੇ। ਹੁਣ ਕੀ ਜੇ ਸਾਡੇ ਲੇਖਕ ਜਿਹੜੇ ਹੈਗੇ ਉਹ ਨੀਵੇਂ ਜਾ ਰਹੇ ਆ, ਉਹ ਮਤਲਬ ਆਪਦੇ ਇੱਕ ਤਰ੍ਹਾਂ ਦੀ ਤਾਕਤ ਹੈ ਜਿਹੜੀ ਉਹਦੀ ਇੱਕ ਵਰਤੋਂ ਕਰਕੇ ਜਿਹੜਾ ਗ੍ਰਾਫਟ ਲਿਆ ਰਿਹਾ ਇਨਾਮਾਂ ਦੀ ਰਾਜਨੀਤੀ ਜਿਹੜੀ ਹੋਈ ਆ ਪੈਦਾ, ਵੀ ਹੁਣ ਫਿਰ ਇਹਦੇ ਬਾਰੇ ਲਿਖਿਆ ਕਿਉਂ ਨਾ ਜਾਵੇ? ਬਿਲਕੁਲ, ਮਤਲਬ ਲੇਖਕ ਜੇ ਲੇਖਕਾਂ ਦੇ ਪੱਖ ਤਾਂ ਛੇੜੋ ਨਾ, ਅਸੀਂ ਲੋਕਾਂ ਦੇ ਪੱਖ ਛੇੜੀਏ ਤੇ ਫਿਰ ਸਾਡੇ ਬਾਰੇ ਕੌਣ ਲਿਖੂਗਾ? ਅਸੀਂ ਜੇ ਕਿਸੇ ਥਾਂ ਤੇ ਨੀਵਾਂ ਜਾਂਦੇ ਹਾਂ ਫਿਰ ਹੱਕ ਤਾਂ ਸਾਨੂੰ ਉਹ, ਹੁਣ ਜਿਹੜੇ ਵਿਰੋਧ ਉੱਠ ਰਿਹਾ, ਹੁਣ ਵਿਰੋਧ ਮਤਲਬ ਇਹ ਕਹਿੰਦਾ ਵੀ ਇਹਨਾਂ ਜੀ ਲੇਖਕਾਂ ਦੀ ਬਦਨਾਮੀ ਬਹੁਤ ਹੋ ਗਈ, ਹੁਣ ਬਦਨਾਮੀ ਤਾਂ ਇਹਦੀ ਪਿੱਛੋਂ ਹੋਈ ਹੈ ਨਾ, ਸ਼ੁਰੂਆਤ ਤਾਂ ਪਹਿਲਾਂ ਦੀ ਹੋਈ ਹੈ ਨਾ ਇਹ। ਠੀਕ ਹੈ, ਹੁਣ ਜੇ ਕੋਈ ਪਹਿਲਾਂ ਦੀ ਚੀਜ਼ ਦੀ ਹੋਂਦ ਹੈ, ਉਹ ਜੇ ਹੋਂਦ ਮਤਲਬ ਲਾਭਕਾਰੀ ਨਹੀਂ ਹੈ ਕਿ ਜਾਂ ਮਤਲਬ ਕੁਛ ਸਵਾਰ ਦੀ ਲੋਕਾਂ ਦੀ, ਉਹ ਫਿਰ ਹੋਂਦ ਦੇ ਵਿੱਚ ਗ੍ਰਾਫਟ ਹੈ ਫਿਰ ਸਾਹਿਤ ਦੇ ਵਿੱਚ ਤਾਂ ਉਹ ਆਊਗਾ। ਹਾਂ, ਇਹ ਵੱਡੀ ਗੱਲ ਤਾਂ ਜਸਵੀਰ ਭੁੱਲਰ ਦੀ ਇਹ ਹੈ ਵੀ ਉਹਨੇ ਇਸ ਗੱਲ ਨੂੰ ਜਿਹੜਾ ਹੈਗਾ ਉਹ ਉਭਾਰ ਕੇ ਸਾਹਮਣੇ ਲਿਆਤਾ ਤੇ ਲਿਖਣ ਦੀ ਜ਼ਰੂਰਤ ਕੀਤੀ। ਠੀਕ ਹੈ ਜੀ, ਜੇ ਉਹ ਜ਼ਰੂਰਤ ਕੀਤੀ ਹੈ, ਦੇਖੋ ਨਾਵਲ ਤਾਂ ਇਹ ਛਪ ਗਿਆ, ਉਸ ਨਾਵਲ ਦੇ ਛਪਣ ਦੇ ਵਿੱਚ ਹੁਣ ਤਾਂ ਗੱਲ ਸਿੱਖਣ ਦੀ ਹੈ, ਜਿਹੜੇ ਨਹੀਂ ਪ੍ਰਵਾਨ ਕਰਨਾ ਨਾ ਕਰੇ ਫਿਰ ਉਹਦੇ ਚ ਕੀ ਫਰਕ ਪੈਂਦਾ? ਕਿਆ ਬਾਤ, ਹੁਣ ਨਾਵਲ ਇਹ ਨਿਮਤਾ ਕੀਤਾ ਨਹੀਂ ਜਾ ਸਕਦਾ ਕਿ ਜਾਂ ਮਤਲਬ ਵੱਡੀ ਗੱਲ ਤਾਂ ਇਹ ਵੀ ਇਹਦੇ ਖਿਲਾਫ ਹਜੇ ਤੱਕ ਜਿਸ ਤਰ੍ਹਾਂ ਦਾ ਹੈ ਕੋਈ ਬੰਦਾ ਵੀ ਸਾਹਮਣੇ ਨਹੀਂ ਆਇਆ, ਕਿਸੇ ਨੇ ਅਦਾਲਤ ਦਾ ਬੂਹਾ ਤੱਕ ਨਹੀਂ ਖੜਕਾਇਆ ਵੀ ਮੈਨੂੰ ਇਹ ਚ ਮੇਰਾ ਨਾਂ ਆ ਦੇ ਕੇ ਆਹ ਇਸ਼ਾਰਾ ਕਰਕੇ ਮੈਨੂੰ ਭੰਡਿਆ ਗਿਆ। ਹੁਣ ਜਿਵੇਂ ਚੋਰ ਦੀ ਮਾਂ ਕੋਠੀ ਚ ਮੂੰਹ ਮਤਲਬ ਸਾਰਾ ਹੈਗਾ, ਹੁਣ ਜਿੰਨਾ ਲੋਕਾਂ ਵੱਲੋਂ ਮਤਲਬ ਇਹ ਗੱਲਾਂ ਜਿਹੜੀਆਂ ਮਤਲਬ ਉਠਾਈਆਂ ਜਾ ਰਹੀਆਂ ਇਸ ਨਾਵਲ ਨੂੰ ਜਿਹੜਾ ਇਹ ਕਿਹਾ ਜਾ ਰਕੇ ਨਾਵੇ ਬਣਦਾ, ਉਹ ਕਿਸੇ ਨਾ ਕਿਸੇ ਧਿਰਾਂ ਤੋਂ ਪ੍ਰਭਾਵਿਤ ਆ, ਉਹ ਸਾਹਿਤ ਦੇ ਵਿੱਚ ਧਿਰਾਂ ਹਮੇਸ਼ਾ ਬਿਰਾਜਮਾਨ ਰਹੀਆਂ। ਇਹ ਜਿਉਂ ਜਿਉਂ ਕਿਸੇ ਇਨਾਮਾਂ ਦੀ ਸਾਡੇ ਰਾਸ਼ੀ ਵੱਧਦੀ ਗਈ, ਇਹ ਭ੍ਰਿਸ਼ਟਾਚਾਰ ਉਸੇ ਤਰ੍ਹਾਂ ਹੀ ਸਾਡੇ ਵੱਧਦਾ ਗਿਆ ਇਹ। ਠੀਕ ਹੈ ਜੀ, ਇਹ ਸਾਡੇ ਸਾਹਮਣੇ ਮਤਲਬ ਇਹ ਸੱਚ ਹੈ ਵੀ ਇਨਾਮਾਂ ਦੀ ਰਾਸ਼ੀ ਜਿਉਂ ਜਿਉਂ ਵਧੀ ਤਿਉਂ ਤਿਉਂ ਇਹਨਾਂ ਦੀ ਖੋਹਾ ਖਿੰਜੀ ਵਾਸਤੇ ਐਸੀ ਕਿ ਮੈਂਬਰ ਪਹਿਲਾਂ ਆਪਦੇ ਪਾਏ ਜਾਂਦੇ ਆ, ਉਹ ਫਿਰ ਮੈਂਬਰ ਜਾ ਕੇ ਆਪਦੀਆਂ ਗੱਲਾਂ ਕਰਦੇ ਨੇ ਵਿੱਚ, ਉੱਥੇ ਫਿਰ ਮਤਲਬ ਇਸ ਤਰ੍ਹਾਂ ਭਾਸ਼ਾ ਭਾਗ ਜਿਹੜਾ ਪਟਿਆਲਾ ਦਾ ਇਹਦੇ ਜ਼ਿਕਰ ਆਉਂਦਾ। ਠੀਕ ਹੈ ਜੀ, ਇੱਕ ਇਨਾਮਾਂ ਦੀ ਵੰਡ ਦਾ, ਉਹ ਕੋਈ ਦਿੱਲੀ ਦੀ ਔਰਤ ਹੈ, ਉਹ ਦਿੱਲੀ ਦੀ ਔਰਤ ਬਾਰੇ ਇੱਕ ਬੰਦਾ ਦਿੱਲੀ ਦਾ ਹੀ ਉੱਥੇ ਮੈਂਬਰ ਹੈ ਵਿੱਚ ਉਹਦੇ, ਉਹ ਵੱਡੇ ਤੌਰ ਤੇ ਇਹ ਸਿੱਧ ਕਰ ਰਿਹਾ ਵੀ ਜਿੰਨਾ ਪੰਜਾਬ ਦੇ ਵਿੱਚ ਬਾਕੀ 30-40-50 ਕਵਿਤਰੀਆਂ ਨੇ ਵੀ ਸਭ ਤੋਂ ਪਹਿਲੇ ਬੰਦਾ ਮਤਲਬ ਉਹਨਾਂ ਨੇ ਇਹ ਕਵਿਤਰੀ ਨੇ ਗੱਲਾਂ ਉਠਾਈਆਂ ਨੇ, ਉੱਥੇ ਫਿਰ ਮਤਲਬ ਇਹ ਜ਼ਿਕਰ ਵੀ ਆਉਂਦਾ ਜਿਹੜੇ ਇੱਥੋਂ ਦੇ ਬੰਦੇ ਹੁੰਦੇ ਆ, ਉਹ ਕਹਿੰਦੇ ਉਹਨੂੰ ਜਾਣਦਾ ਕੌਣ ਹੈ, ਉਸਦਾ 50 ਮਤਲਬ ਲੇਡੀਜ਼ ਕਵਿਤਰੀਆਂ ਚੰਗੀ ਕਵਿਤਾ ਲਿਖੀ ਜਾਂਦੀ ਹੈ, ਉਹ ਫਿਰ ਰੌਲਾ ਪੈ ਪਿਆ ਕਿ ਇਸ ਤਰ੍ਹਾਂ ਦਾ ਜਿਹੜਾ ਸਾਰਾ ਹੈਗਾ ਇਸ ਨਾਵਲ ਦੇ ਵਿੱਚ ਗੱਲਾਂ ਬਾਤਾਂ ਆਉਂਦੀਆਂ, ਫਿਰ ਅਸੀਂ ਕਹਿ ਸਕਦੇ ਹਾਂ ਵੀ ਇਹ ਜਿਹੜਾ ਸਾਨੂੰ ਝੂਠ ਨਹੀਂ ਲੱਗਦਾ। ਕੀ ਬਾਤ ਹੈ ਚੌਹਾਨ ਸਾਹਿਬ, ਬਹੁਤ ਸੋਹਣੀਆਂ ਤੁਸੀਂ ਗੱਲਾਂ ਕਰ ਰਹੇ ਹੋ, ਜਿਵੇਂ ਸੋਹਣੇ ਟਾਈਟਲ ਦੀ ਵੀ ਆਪਾਂ ਗੱਲ ਕਰੀਏ, ਸਿਰਲੇਖ ਦੀ ਗੱਲ ਕਰੀਏ, ਖਿੱਦੋ ਬੜਾ ਠੇਠ ਜਿਹਾ ਸ਼ਬਦ ਹੈ ਆਪਣੇ ਸੱਭਿਆਚਾਰ ਦਾ, ਤੇ ਇਹਦੀਆਂ ਜਿਹੜੀਆਂ ਪਰਤਾਂ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਉਹ ਖੋਲਣ ਦੀ ਕੋਸ਼ਿਸ਼ ਕੀਤੀ ਹੈ ਜਸਵੀਰ ਭੁੱਲਰ ਹੋਰਾਂ ਨੇ, ਤੇ ਉਹ ਬਿਲਕੁਲ ਕਬੂਲਿਆ ਵੀ ਜਾਣਾ ਚਾਹੀਦਾ। ਚੌਹਾਨ ਸਾਹਿਬ, ਹੋਣਾ ਕੀ ਚਾਹੀਦਾ ਹੁਣ ਅੱਗੇ ਇਸ ਨਾਵਲ ਬਾਰੇ? ਇਹਦੇ ਬਾਰੇ ਹੋਣਾ ਤਾਂ ਇਹ ਚਾਹੀਦਾ, ਦੇਖੋ ਜਿਸ ਤਰ੍ਹਾਂ ਕਿਤਾਬਾਂ ਬਾਰੇ ਹੁਣ ਤੱਕ ਗੋਸ਼ਟੀਆਂ ਹੁੰਦੀਆਂ ਰਹੀਆਂ ਨੇ, ਹਾਂਜੀ, ਉੱਥੇ ਕੋਈ ਬੰਦਾ ਪੇਪਰ ਪੜ੍ਹਦਾ, ਠੀਕ ਹੈ, ਉਹ ਵੀ ਹੁੰਦਾ ਕਿ ਪੇਪਰ ਕੋਈ ਨਹੀਂ ਪੜ੍ਹਦਾ, ਹਾਂਜੀ, ਉਹਦੇ ਤੇ ਉੱਤੇ ਬੁਲਾਰੇ ਸਿੱਧੇ ਬੋਲਦੇ ਆ, ਠੀਕ ਹੈ, ਇਹ ਤਾਂ ਜਾ ਕੇ ਕਿਸੇ ਵੀ ਥਾਂ ਦੇ ਉੱਤੇ ਕਿਸੇ ਵੀ ਸ਼ਹਿਰ ਦੇ ਵਿੱਚ ਕੁਝ ਭਾਵੇਂ ਲੇਖ ਸ਼ਾਮਲ ਹੈ ਉਹ ਠੀਕ ਹੈ, ਪਰ ਜੇ ਉਹਨੂੰ ਬੁਲਾਇਆ ਜਾਣਾ ਚਾਹੀਦਾ, ਜਿਹਨਾਂ ਬੰਦਿਆਂ ਦੇ ਮੁਹਾਂਦਰੇ ਚ ਦੀਂਦੇ ਨੇ ਉਹ ਚਾਹੁਣ ਤਾਂ ਉਹ ਵੀ ਆ ਕੇ ਪੱਖ ਪੇਸ਼ ਕਰ ਸਕਦੇ ਆ। ਇਹਦੇ ਵਿੱਚ ਮਤਲਬ ਜਿਹੜਾ ਅਸੀਂ ਸੋਸ਼ਲ ਮੀਡੀਆ ਤੇ ਆਪਸੀ ਇੱਕ ਦੂਜੇ ਇਲਜ਼ਾਮ ਲਾ ਰਹੇ ਇੱਕ ਦੂਜੇ ਦੇ ਉੱਤੇ, ਉਹ ਲਾਉਣ ਦੀ ਬਜਾਏ ਤਾਂ ਜਿਵੇਂ ਸਟੇਜਾਂ ਸਾਡੀਆਂ ਹੈਗੀਆਂ ਸਾਰੇ ਪੰਜਾਬ ਸਹਿਸਭਾਵਾਂ ਹੈਗੀਆਂ, ਹੁਣ ਤਾਂ ਮਤਲਬ ਕੋਰੋਨਾ ਦੀ ਵੀ ਕੋਈ ਸਥਿਤੀ ਨਹੀਂ ਹੈ, ਬਿਲਕੁਲ, ਹੁਣ ਉਹਦੇ ਵਿੱਚ ਸਟੇਜਾਂ ਲਾਈ ਜਾ ਸਕਦੇ, ਉਹ ਚ ਪਤਾ ਲੱਗੂ ਵੀ ਨਾਵਲ ਹੈ ਜਾਂ ਨਹੀਂ ਨਾਵਲ ਜਾਂ ਕਿਉਂ ਨਹੀਂ ਨਾਵਲ ਜਾਂ ਨਾਵਲ। ਇਹਦੇ ਬਾਰੇ ਅੰਜ ਤਾਂ ਦੇਖੋ ਸਾਡੇ ਸਟੇਜਾਂ ਹੀ ਹੈ ਨਾ, ਸਟੇਜਾਂ ਦੀ ਥਾਂ ਸਾਡੇ ਸੋਸ਼ਲ ਮੀਡੀਆ ਤਾਂ ਹੀ ਲਈ, ਬਿਲਕੁਲ, ਅਸੀਂ ਜੇ ਅੱਜ ਮੈਂ ਕਹਿੰਦਾ ਪੰਜਾਬ ਦੇ ਵਿੱਚ
ਉਹਦਾ ਮਲਾਇਕ ਬੋਲਦੇ ਇਸ ਨਾਵਲ ਨੂੰ ਵੱਖ ਵੱਖ ਯੂਨੀਵਰਸਿਟੀਆਂ ਸਾਡੇ ਹੈਗੀਆਂ ਉਹਦੇ ਜਿਹੜੇ ਮਤਲਬ ਇਸ ਤਰ੍ਹਾਂ ਦੇ ਪੱਖ ਹੈ ਉੱਥੇ ਇਹਨੂੰ ਵਿਚਾਰਿਆ ਜਾ ਸਕਦਾ ਉੱਥੇ ਇਹਦੇ ਬਾਰੇ ਬੋਲਿਆ ਜਾ ਸਕਦਾ ਬਿਲਕੁਲ ਜੀ ਇਹੀ ਦੋਸਤੋ ਸਾਡਾ ਵੀ ਚੈਨਲ ਜ਼ਰੀਏ ਮਕਸਦ ਇਹੀ ਸੀ ਇਸ ਨਾਵਲ ਬਾਰੇ ਗੱਲ ਕਰਨ ਦਾ ਕਿਉਂਕਿ ਕਿਤੇ ਨਾ ਕਿਤੇ ਸੱਚ ਨੂੰ ਪੇਸ਼ ਕੀਤਾ ਗਿਆ ਤੇ ਜਿਹੜੇ ਵੀ ਵਿਰੋਧ ਪੱਖ ਜਾਂ ਆਪਾਂ ਕਹੀਏ ਸਹਿਮਤੀ ਵਾਲੇ ਪੱਖ ਸਾਹਮਣੇ ਆ ਰਹੇ ਨੇ ਉਹਨਾਂ ਨਾਲ ਸਾਡਾ ਸੰਬੰਧ ਇਸ ਕਰਕੇ ਨਹੀਂ ਕਿਉਂਕਿ ਉਹ ਸਾਹਿਤ ਸਭਾਵਾਂ ਦਾ ਜ਼ਿੰਮੇਵਾਰੀ ਬਣਦੀ ਹੈ ਯੂਨੀਵਰਸਿਟੀਆਂ ਦੀ ਜਿਹੜੀ ਹੈਗੀ ਉਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਨਾਵਲ ਨੂੰ ਇਹਦੇ ਉੱਪਰ ਗੋਸ਼ਟੀਆਂ ਕਰਵਾਉਣ ਵਿਚਾਰ ਚਰਚਾ ਹੋਵੇ ਕੀ ਸਾਹਮਣੇ ਨਿਕਲ ਕੇ ਆਉਂਦਾ ਉਹ ਅੰਤ ਦੇਖਿਆ ਜਾਵੇਗਾ ਚੌਹਾਨ ਸਾਹਿਬ ਤੁਸੀਂ ਇਹਦੇ ਬਾਰੇ ਗੱਲਾਂ ਕੀਤੀਆਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸ਼ੁਕਰੀਆ ਜੀ ਸ਼ੁਕਰੀਆ ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ ਤੁਹਾਡੇ ਲਈ